पिद्दे, मैं मानता कि यार जेड़ा सलूक घर वाली विआह तो पहला करती है ना, जे यही सलूक कितने विआह तो बाद च करे तो मैनू लगता भी किसी का तलाक ना हो। मैं मानता कि जेड़ा सलूक घर वाली विआह तो बाद च करती है जे वह कितने पहला करे तो किसी का विआह ही ना हो। पैसे वालियां दी चमचागिरी करती है दुनिया, पैसे वालियां दी चमचागिरी करती है दुनिया, नहीं तो रिश्तेदार ते भिखारियां दे भी होंदे आ। इशारा गलत हो गया जी। पता नहीं लगता। मैं क्या, मैं बाजार चलनी हाँ, मेरे आंदे नू ना मेरे वर्गा आटा गुन दियो। हाँ जी दोस्तों, ਤੁਹਾਡੇ ਨਾਲ ਅੱਜ ਮੈਂ ਪੰਜਾਬ ਦੇ ਇੱਕ ਨਵੇਂ ਮੁੱਦੇ ਤੇ ਗੱਲ ਕਰਨ ਲੱਗਾ। ਮੈਂ ਆਪਣੇ ਕੂਲਰ ਦਾ ਜਿਹੜਾ ਪੰਪ ਹੈ ਨਾ, ਉਹ ਪਾਣੀ ਦਾ ਨਾ ਪ੍ਰੈਸ਼ਰ ਚੁੱਕਣ ਡਿਆ ਵਾ, ਨਾ ਉਹਦਾ ਘਾ ਗਿੱਲਾ ਹੋਣ ਡਿਆ, ਨਾ ਹਵਾ ਠੰਡੀ ਆਉਣ ਡਈ ਆ। ਚੱਲ ਕੋਈ ਨਹੀਂ, ਮੈਂ ਰੋਬਿਨ ਨੂੰ ਕਰਦਾ ਫੋਨ, ਆਪੇ ਆ ਕੇ ਪੰਪ ਨਵਾਂ ਪਾ ਜਾਂਦਾ। ਕਿਉਂ ਨਵਾਂ ਕਿਉਂ ਪਾਉਣਾ ਵਾ, ਜ਼ਰੂਰੀ ਪੈਸੇ ਖਰਚਨੇ ਆ। ਮੱਗਾ ਫੜ ਕੇ ਤੇ ਉਹਦਾ ਘਾ ਗਿੱਲਾ ਕਰੋ ਪਾਣੀ ਦੇ ਨਾਲ, ਹੱਥਾਂ ਨਾਲ। ਮੇਰੇ ਦਾਜ ਦਾ ਕੂਲਰ ਆ, ਕੂਲਰ ਖਰਾਬ ਕਰਨਾ ਵਾ। ਚਲੋ ਭਰਾ, ਤੇਰੇ ਜੇ ਦਾਜ ਦਾ ਕੂਲਰ ਆ ਤੇ ਉਹਨੂੰ ਸਾਂਭ ਸਾਂਭ ਰੱਖਾਂਗੇ, ਕੋਈ ਗੱਲ ਨਹੀਂ, ਹੱਥਾਂ ਨਾਲ ਘਾ ਗਿੱਲਾ ਕਰ ਲੈਂਦੇ ਹਾਂ। ਤੈਨੂੰ ਸ਼ਾਮਾਂ ਨੂੰ ਠੰਡੀ ਹਵਾ ਮਿਲ ਜੂ ਕੂਲਰ ਦੀ, ਠੀਕ ਹੈ? ਤੂੰ ਅੱਗੇ ਸੌਂਜੀ ਕੂਲਰ ਦੇ, ਆਪਣੇ ਦਾਜ ਵਾਲੇ ਕੂਲਰ ਦੇ ਅੱਗੇ ਹੋ ਕੇ ਸੌਂਜੀ ਤੂੰ, ਅਸੀਂ ਪਿੱਛੇ ਸੌਂ ਜਾਂਗੇ, ਕੋਈ ਗੱਲ ਨਹੀਂ। ਫੜ ਕੇ ਮੱਗ ਤੇ ਪਾਣੀ ਪਾਓ ਉਹਦੇ ਨਾਲ, ਹੱਥਾਂ ਨਾਲ। ਹੈਲੋ, ਹਾਂ ਅਮਨ, ਕੀ ਹਾਲ ਚਾਲ ਆ? ਠੀਕ ਠਾਕ? ਅੱਛਾ ਵਧੀਆ। ਹਾਂ ਕਦੇ ਫੋਨ ਫਾਨ ਹੀ ਕਰ ਲਿਆ ਕਰ, ਤੂੰ ਤਾਂ ਕਦੇ ਫੋਨ ਹੀ ਨਹੀਂ ਕੀਤਾ। ਬੰਦਾ ਚੁਗਲੀ ਚਗਲੀ ਕਰ ਲੈਂਦਾ ਵਾ ਕਿਸੇ ਦੀ ਕਿਤੇ। ਆਹੋ, ਬੰਦਾ ਢਿੱਡ ਫੋਲ ਲੈਂਦਾ ਵਾ ਕਿਤੇ, ਆਪਣਾ ਵੀ ਗੱਲਬਾਤ ਕਰਨੀ ਹੁੰਦੀ ਕਿਸੇ ਨੇ। ਬਥੇਰੀ ਦਾਰੂ ਪੀਂਦਾ ਵੀ ਪਹਿਲਾਂ ਇਹ ਤੇ। ਆਹੋ ਮੈਂ ਦੱਸਣੀ ਤੈਨੂੰ ਆਪਣੇ ਘਰ ਵਾਲੀ ਦੀ ਗੱਲ। ਆਹੋ ਪਹਿਲਾਂ ਤੇ ਬਥੇਰੀ ਦਾਰੂ ਪੀਂਦਾ ਸੀ, ਬਗਾਨੀਆਂ ਜਨਾਨੀਆਂ ਵਾਲਾ ਬਥੇਰਾ ਵੇਂਦਾ ਸੀ, ਹੁਣ ਹੀ ਹਟਿਆ ਵਾ ਕਿਤੇ। ਹੁਣ ਤੇ ਬਥੇਰੀ ਤੂੰ ਬੱਤੀ ਕਰਦਾ ਹੀ ਜੇ। ਹੁਣ ਤੇ ਮੈਨੂੰ ਡਰ ਆ ਕਿਤੇ, ਹੁਣ ਕਿਤੇ ਸਵਰਗ ਦੀਆਂ ਅਫਸਰਾਂ ਨਾਲ ਕਦੇ ਫਸਾਉਣ ਦੇ ਚੱਕਰ ਚ ਹੋਵੇ ਕਿਤੇ। ਇੰਨੀ ਸ਼ੱਕੀ ਜ਼ਿੰਦਗੀ, ਇੰਨੀ ਸ਼ੱਕੀ ਜ਼ਿੰਦਗੀ, ਚੁੱਕ ਲੈ ਰੱਬਾ ਇਹੋ ਜਿਹੀ ਸ਼ੱਕੀ ਜ਼ਿੰਦਗੀ ਨਾਲ ਤਾਂ ਮੈਨੂੰ ਚੁੱਕ ਹੀ ਲੈ।